ਪਕੜਾ ਖਾਦਾ ਇਹ ਦੇਸੀ ਘਿਓ ਦਾ ਮਲ ਬਹੁਤ ਇਹ ਵੀ ਅੰਦੇ ਜਾਂ ਪਹਿਲੀ ਵਾਰ ਨਹੀਂ ਨਹੀਂ ਅੱਗੇ ਅੱਗੇ ਦੂਰੋਂ ਆਨੇ ਆਪਾਂ ਛੇੜਿਓ ਆਨੇ ਆ ਸਪੈਸ਼ਲ ਇਹਨਾਂ ਦਾ ਸਪੈਸ਼ਲ ਆਈਦਾ ਖਾਣ ਮਾਲਾ ਬਿਲਕੁਲ ਵਧੀਆ ਬਿਲਕੁਲ ਵਧੀਆ ਹਾਂਜੀ ਹਾਂਜੀ ਵਧੀਆ ਲੱਗਦਾ ਤਾਂ ਹੀ ਇੰਨੀ ਦੂਰ ਆਈਦਾ ਖਾਣ ਹਾਂਜੀ ਹਾਂਜੀ ਬਹੁਤ ਮਿਹਰਬਾਨੀ ਕਹਿਣਾ ਕੰਮ ਅੰਮ੍ਰਿਤਸਰ ਦਾ ਇੱਕ ਇਲਾਕਾ ਹੈ ਨਿਊ ਟੈਲੀਫੋਨ ਐਕਸਚੇਂਜ ਤਾਂ ਵਹਾਂ ਪਰ ਹਮ ਆ ਚੁੱਕੇ ਹੈ ਇਹ ਇੱਕ ਅੰਕਲ ਜੀ ਹੈ ਪਾਲੀ ਅੰਕਲ ਜੀ ਜੋ ਬਹੁਤ ਹੀ ਬੜੀਆ ਚੀਜ਼ਾਂ ਸਟੀਪ ਸਵੀਟਸ ਮੇ ਬਣਾ ਰਹੇ ਹੈ ਔਰ 65 ਈਅਰ ਕੀ ਇਨਕੀ ਉਮਰ ਹੈ ਤਾਂ ਇਨਸੇ ਬਾਤ ਕਰੇਂਗੇ ਕਿਆ ਕਿਆ ਇਹ ਵੇਚਤੇ ਹੈ ਪਾਲੀ ਤੇ ਆਪਣੀ ਏਜ ਕਿੰਨੀ ਦੇ 60 ਸਾਲ 60 ਸਾਲ ਤੇ ਆਪਾਂ ਇੱਥੇ ਸਟਾਲ ਕਰਨ ਤੋਂ ਲਗਾ ਰਹੇ ਹਾਂ 50 ਸਾਲ ਹੋ ਗਏ 50 ਸਾਲ ਹੋ ਗਏ ਲਾਈਦਾ 3.5 ਮਹੀਨੇ ਹੀ ਹੈ ਠੰਡੀ ਠੰਡੀ ਸਰਦੀਆਂ ਦੇ ਵਿੱਚ ਹੀ ਤੁਸੀਂ ਬਸ ਹਾਂਜੀ ਸਰ ਤੇ ਗਰਮੀਆਂ ਦੇ ਵਿੱਚ ਆਪਣਾ ਹੋਰ ਕੋਈ ਸ਼ਾਇਦ ਗਰਮੀਆਂ ਜਾਂ ਆਪਣੀ ਰੇੜੀ ਗੀ ਪਰੇ ਪਠੂਰੇ ਹਾਂਜੀ ਆਲੂ ਵਾਲੇ ਪਠੂਰੇ ਕੜੀ ਹੋਈ ਚੌਲ ਹੋਏ ਛੋਲੇ ਹੋਏ ਪਠੂਰੇ ਆਲੂ ਵਾਲੇ ਸਾਦੇ ਪਠੂਰੇ ਹੁਣ ਇੱਥੇ ਕੀ ਕੀ ਦੇ ਵਿੱਚ ਤੁਸੀਂ ਕੀ ਕੀ ਦੇ ਰਹੇ ਹੋ ਅਸੀਂ ਮੂੰਗੀ ਦਾਲ ਦਾ ਕੜਾ ਗਜਰੇਲਾ ਗਾਜਰ ਦਾ ਹਾਂਜੀ ਗੁੜ ਦਾ ਕੜਾ ਸੂਜੀ ਦਾ ਇਹ ਛੋਟੇ ਗਲਾਜਮ ਇਹ ਬਣਾਈ ਦੇ ਹੀ ਕਿੱਦਾਂ ਵੱਡੇ ਗਲਾਜ ਨੂੰ ਬਣਦੇ ਹੈ ਇਹ 'ਚ ਜ਼ਿਆਦਾ ਮਿਹਨਤ ਹੈਗੀ ਹੈ ਟਾਈਮ ਜ਼ਿਆਦਾ ਲੱਗਦਾ ਹਾਂਜੀ ਮੈਂ ਹੀ ਬਣਾਉਂਦਾ ਸਭ ਕੁਝ ਹਾਂਜੀ ਮੈਨੂੰ 50 ਸਾਲ ਤੋਂ ਇਹ ਮੂੰਗੀ ਦਾਲ ਦਾ ਕੜਾ ਹਾਂਜੀ ਖਾਣਾ ਇਹ 'ਚ ਮੂੰਗੀ ਦਾਲ ਜੀ ਖੋਵਾ ਨਾਲ ਥੋੜ੍ਹੀ ਸੂਜੀ ਵੀ ਪੈਂਦੀ ਹੈ ਇਹ ਸੂਜੀ ਦਾ ਹਲਵਾ ਨਾਲ ਗੁੜ ਪੈਂਦਾ ਕੜਾ ਇਹ 40 ਰੁਪਏ ਦਾ 100 ਗ੍ਰਾਮ ਹੈ ਉਹ 25 ਰੁਪਏ ਦਾ 100 ਗ੍ਰਾਮ ਵੀ 25 ਰੁਪਏ ਦਾ 100 ਗ੍ਰਾਮ ਗਲਾਈਨ ਵੀ 25 ਰੁਪਏ ਦਾ 100 ਗ੍ਰਾਮ ਕਾਫੀ ਦੂਰੋਂ ਦੂਰੋਂ ਆਉਂਦੇ ਹੋਣੇ ਕਸਟਮਰ ਦੇ ਖਾਣ ਹਾਂਜੀ ਹਾਂਜੀ ਮਹਾਰਾਜ ਬੜੇ ਯਾਤਰੀ ਬੜੇ ਆਉਂਦਾ ਇੱਕ ਵਾਰੀ ਖਾਂਦਾ ਖੁਸ਼ ਹੋ ਜਾਂਦਾ ਫਿਰ ਉਹ ਖੁਸ਼ ਹੁੰਦਾ ਫਿਰ ਕਹਿੰਦਾ ਸਸਤਾ ਵੀ ਹੈ ਅਤੇ ਚੰਗਾ ਵੀ ਹੈ ਕੁਆਲਿਟੀ ਪਾਲੀ ਸਵੀਟ ਜੇ ਇੱਥੇ ਆਉਣਾ ਹੋਵੇ ਤੇ ਕੀ ਬੋਲ ਕੇ ਆ ਸਕਦਾ ਜੀ ਨਿਊ ਟੈਲੀਫੋਨ ਚੇਂਜ ਮੈਂ ਸ਼ੇਰ ਸਿੰਘ ਕੀ ਮੈਂ ਅੱਗੋਂ ਪਿੱਛੋਂ ਉੱਥੇ 5 ਵਜੇ ਤੱਕ ਲਾਉਣਾ ਮਗਰ 5 ਵਜੇ ਤੋਂ ਬਾਅਦ ਫਿਰ ਅੱਗੇ ਆਈਦਾ ਹਾਂਜੀ ਟੈਲੀਫੋਨ ਚੇਂਜ ਟੈਲੀਫੋਨ ਚੇਂਜ ਇੱਧਰ ਅੱਗੇ ਸ਼ਾਸਤਰੀ ਮਾਰਕੀਟ ਆ ਇੱਧਰ ਕਟੜਾ ਜਮਨ ਸਿੰਘ ਪਕੜਾ ਖਾਦਾ ਇਹ ਦੇਸੀ ਘਿਓ ਦਾ ਮਲ ਬਹੁਤ ਇਹ ਵੀ ਅੰਦੇ ਜਾਂ ਪਹਿਲੀ ਵਾਰ ਨਹੀਂ ਨਹੀਂ ਅੱਗੇ ਅੱਗੇ ਦੂਰੋਂ ਆਉਂਦੇ ਆਪਾਂ ਛੇੜਿਓ ਆਉਂਦੇ ਆ ਸਪੈਸ਼ਲ ਇਹਨਾਂ ਦਾ ਸਪੈਸ਼ਲ ਆਈਦਾ ਖਾਣ ਬਿਲਕੁਲ ਵਧੀਆ ਬਿਲਕੁਲ ਵਧੀਆ ਹਾਂਜੀ ਹਾਂਜੀ ਵਧੀਆ ਲੱਗਦਾ ਤਾਂ ਹੀ ਇੰਨੀ ਦੂਰ ਆਈਦਾ